ਫੁੱਲਾਂ ਵਾਲੀ ਕਾਰ ਦਾ ਭਿਆਨਕ ਸੜਕੀ ਹਾਦਸਾ ਹੋਇਆ। ਬਰਾਤ ਗੁਰਦਾਸਪੁਰ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਸੜਕ ਦੇ ਕਿਨਾਰੇ ਖੜੇ ਸਫੈਦੇ ਦੇ ਨਾਲ ਫੁੱਲਾਂ ਵਾਲੀ ਕਾਰ ਟਕਰਾ ਗਈ ਔਰ ਕਾਰ ਦੇ ਵਿੱਚ ਸਵਾਰ ਲਾੜੇ ਦੀਆਂ ਭੈਣਾਂ ਤੇ ਭਰਾ ਜ਼ਖਮੀ ਹੋਏ, ਜਿਨ੍ਹਾਂ ਨੂੰ ਇੱਕ ਨਿੱਜੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਦੇ ਕਿ ਲਾੜੇ ਦੀ ਭੈਣ ਅਤੇ ਕਾਰ ਦਾ ਡਰਾਈਵਰ, ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਲਾੜੇ ਦੀ ਭੈਣ ਦੇ ਸਿਰ ਤੇ ਟਾਂਕੇ ਲੱਗੇ ਨੇ, ਹਾਲੇ ਉਹਨਾਂ ਦਾ ਇਲਾਜ ਹਸਪੀਟਲ ਦੇ ਵਿੱਚ ਕੀਤਾ ਜਾ ਰਿਹਾ। ਬਾਕੀ ਲਾੜੇ ਸਮੇਤ ਉਸਦੇ ਭਰਾ ਨੇ ਜਿਹੜੇ ਉਹ ਬਰਾਤ ਲੈ ਕੇ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਉਹਨਾਂ ਨੇ ਲਾੜੀ ਨੂੰ ਵਿਆਹੁਣ ਜਾਣਾ ਸੀ। ਤਾਂ ਦੱਸਦੇ ਕਿ ਹਿਮਾਚਲ ਤੋਂ ਗੁਰਦਾਸਪੁਰ ਇਹ ਬਰਾਤ ਆ ਜਿਹੜੀ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਭਿਆਨਕ ਹਾਦਸਾ ਹੋਇਆ। ਮੁਕੇਰੀਆਂ ਦੇ ਪਿੰਡ ਹਵੇਲ ਚਾਂਗ ਦੇ ਕੋਲ ਇਹ ਹਾਦਸਾ ਹੋਇਆ। ਹਿਮਾਚਲ ਦੇ ਹਮੀਰਪੁਰ ਦੇ ਰਹਿਣ ਵਾਲੇ ਨੇ ਸਾਰੇ ਬਰਾਤੀ। ਜ਼ਖਮੀਆਂ ਨੂੰ ਇੱਕ ਨਿੱਜੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਲਾੜੇ ਦੀ ਭੈਣ ਦੇ ਸਿਰ ਤੇ ਟਾਂਕੇ ਲੱਗੇ ਨੇ, ਜਦਕਿ ਕਾਰ ਚਾਲਕ ਨੂੰ ਛੱਡ ਕੇ ਬਾਕੀ ਸਾਰੇ ਜਾਣੇ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਉਹਨਾਂ ਨੇ ਵਿਆਹ ਸਮਾਗਮ ਰੱਖਿਆ ਹੋਇਆ ਹੈ। ਡਾਕਟਰ ਨੇ ਦੱਸਿਆ ਕਿ ਕਾਰ ਚਾਲਕ ਦੇ ਸਿਰ ਅਤੇ ਛਾਤੀ ਦੇ ਵਿੱਚ ਦਰਦ ਜ਼ਿਆਦਾ ਹੈ, ਇਸ ਕਰਕੇ ਉਸਨੂੰ ਹਸਪਤਾਲ ਦੇ ਵਿੱਚ ਰੱਖਿਆ ਗਿਆ। ਕਾਰ ਦੇ ਵਿੱਚ ਲਾੜੇ ਦੀਆਂ ਦੋ ਭੈਣਾਂ ਤੇ ਦੋ ਭਰਾ ਮੌਜੂਦ ਸੀ। ਜਿਉਂ ਹੀ ਪਿੰਡ ਹਵੇਲ ਚਾਂਗ ਕੋਲ ਪੁੱਜੇ ਤਾਂ ਖੜੇ ਸਫੈਦੇ ਦੇ ਨਾਲ ਫੁੱਲਾਂ ਵਾਲੀ ਕਾਰ ਟਕਰਾ ਗਈ ਔਰ ਇਹ ਭਿਆਨਕ ਹਾਦਸਾ ਹੋ ਗਿਆ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਕੁੱਲ 6 ਜਾਣੇ ਇਸ ਕਾਰ ਦੇ ਵਿੱਚ ਸਵਾਰ ਸੀ, ਲਾੜੇ ਦੀਆਂ ਭੈਣਾਂ ਤੇ ਭਰਾ, ਇੱਕ ਕਾਰ ਦਾ ਡਰਾਈਵਰ। ਫਿਲਹਾਲ ਦੋ ਦਾ ਇਲਾਜ ਕੀਤਾ ਜਾ ਰਿਹਾ, ਬਾਕੀ ਦੋ ਨੂੰ ਛੁੱਟੀ ਦੇ ਕੇ ਰਵਾਨਾ ਕੀਤਾ ਗਿਆ। ਮੈਂ ਬਿਲਾਸਪੁਰ ਸੇ ਆ ਰਹੀ ਥੀ, ਭਾਈ ਕੀ ਸ਼ਾਦੀ ਅਟੈਂਡ ਕਰਨੇ ਆਈ ਹੋਈ ਥੀ ਔਰ ਉਸਕੀ ਬਾਰਾਤ ਮੇ ਥੀ ਔਰ ਆਤੇ ਆਤੇ ਜੈਸੇ ਸੁਬਹ ਹੀ ਚਲ ਪੜੀ ਬਾਰਾਤ ਔਰ ਸੁਬਹ ਸੁਬਹ ਐਕਸੀਡੈਂਟ ਹੋ ਗਿਆ। ਮਤਲਬ ਕਹਾਂ ਜਾ ਰਹੇ ਥੇ ਆਪ ਲੋਗ? ਭਾਈ ਕੀ ਸ਼ਾਦੀ, ਮਤਲਬ ਬਾਰਾਤ ਅਟੈਂਡ ਕਰਨੇ ਉਸਕੀ ਬਾਰਾਤ ਮੇ ਜਾ ਰਹੇ ਥੇ। ਤੋ ਕਿਆ ਹੋਗਾ ਫਿਰ, ਰਾਸਤੇ ਮੇ ਗਾੜੀ ਕੈਸੇ ਦੁਰਘਟਨਾ ਗ੍ਰਸਤ ਹੋਈ, ਕੁਛ ਜਾਣਕਾਰੀ ਹੈ? ਰਾਸਤੇ ਮੇ ਪਤਾ ਨਹੀਂ ਕੁਛ, ਮਤਲਬ ਥੋੜ੍ਹੀ ਨੀਂਦ ਸੀ ਵੀ ਥੀ ਨਾ ਔਰ ਵੋ ਜੋ ਡਰਾਈਵਰ ਥੇ ਪਤਾ ਨਹੀਂ, ਵੋ ਤੋ ਐਸੇ ਬੋਲ ਰਹੇ ਕਿ ਬਚਾਵ ਕੇ ਲੀਏ ਹਮਨੇ ਥੋੜ੍ਹੀ ਸਾਈਡ ਕੋ ਕੀ ਗਾੜੀ, ਸਾਹਮਣੇ ਸੇ ਆ ਰਹੀ ਥੀ ਗਾੜੀ, ਤੋ ਉਸਕੇ ਬਚਾਵ ਕੇ ਖਾਤਿਰ ਵੋ ਫਿਰ ਪਤਾ ਨਹੀਂ ਪੇੜ ਸੇ ਵਜੀ ਕਹਾਂ ਕਿਆ ਹੁਆ। ਉਹ ਵੱਡਾ ਕੁਮਾਰ ਹੋਇਆ ਗਾੜੀ ਵਾਲੇ, ਉਸਕੋ ਬਚਾਉਣ ਦੇ ਚੱਕਰ ਮੇਂ ਗਾੜੀ ਦੇ ਉਹਦੇ ਕੋ ਪਰ ਗਈ। ਤੋ ਕਿਤਨੇ ਲੋਕ ਥੇ ਆਪਕੀ ਗਾੜੀ ਮੇਂ ਸਵਾਰ? 5 ਆਦਮੀ। ਬਾਕੀ ਠੀਕ ਹੈ ਸਭ? ਸਭ ਠੀਕ ਹੈ, ਇੱਕ ਕੋ ਲੱਗੀ ਹੈ, ਇੱਕ ਔਰਤ ਕੋ ਬਸ। ਆਪਕੇ ਕਹਾਂ ਕਹਾਂ ਚੋਟੇ ਲੱਗੀ? ਮੇਰੇ ਛਾਤੀ ਮੇਂ ਲੱਗੀ ਹੈ, ਸਿਰ ਮੇਂ ਲੱਗੀ, ਸਿਰ ਫਟਾ ਹੈ। ਜੀ ਹਮ ਇਨਕੇ ਬ੍ਰਦਰ ਕੀ ਸ਼ਾਦੀ ਮੇਂ ਯਹਾਂ ਪੇ ਗੁਰਦਾਸਪੁਰ ਮੇਂ ਆਏ ਥੇ ਜਾਊ ਸੇ, ਤੋ ਸੁਬਹ 7 ਵਜੇ ਕਰੀਬ ਯਹਾਂ ਪੇ ਮਕੇਰੀਆਂ ਕੇ ਪਿੱਛੇ ਗਾੜੀ ਪੇੜ ਸੇ ਟਕਰਾ ਗਈ, ਇੱਕਦਮ ਸੇ ਡਰਾਈਵਰ ਨੇ ਕੰਟਰੋਲ ਲੌਸ ਕਰ ਦੀ ਆਪਣੀ ਗਾੜੀ ਸੇ ਔਰ ਇਸਕੇ ਬਾਅਦ ਹਮ ਇਨਕੋ ਯਹਾਂ ਪੇ ਲੇ ਹਸਪਿਟਲ ਮੇਂ, ਤੋ ਉਸਕੇ ਬਾਅਦ ਅਭੀ ਡਾਕਟਰ ਇਨਕੋ ਡਰਾਈਵਰ ਕੋ ਚੋਟੇ ਹੈ, ਬਾਕੀ ਇਨਕੋ ਚੋਟੇ ਥੀ, ਬਾਕੀ ਜੋ ਔਰ ਸਵਾਰ ਥੇ ਉਨਮੇਂ ਥੋੜ੍ਹੀ ਫਸਟ ਏਡ ਵਗੈਰਾ ਕਰਕੇ ਉਨਕੋ ਭੇਜ ਦਿਆ ਗਿਆ ਥਾ। ਤੋ ਅਭੀ ਸਭ ਠੀਕ ਹੈ, ਸੇਫ ਸੁਰੱਖਿਅਤ? ਹਾਂਜੀ ਸਭ ਸੇਫ ਹੈ ਜੀ। ਔਰ ਜੋ ਦੁਲਹਾ ਥਾ ਉਸਕੋ? ਦੁਲਹਾ ਵੀ ਸੇਫ ਹੈ ਜੀ, ਉਸਕੋ ਥੋੜ੍ਹੀ ਟਾਂਗ ਮੇਂ ਲਗੀ ਥੀ।